ਲੋਕਸਭਾ ਚੋਣਾਂ ਵਿੱਚ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਹੈ। ਇਹ ਸਭ ਨੂੰ ਲੈ ਕੇ ਗੁਰਾਇਆਂ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੀਤਾ ਗਿਆ। DSP ਫਲੋਰ ਦਵਿੰਦਰ ਅਤਰੀ, DSP ਹੈੱਡਕੁਆਰਟਰ ਰਜਿੰਦਰ ਕੁਮਾਰ, ਥਾਣਾ ਮੁਖੀ ਗੁਰਾਇਆਂ ਲਖਵੀਰ ਸਿੰਘ, ਥਾਣਾ ਮੁਖੀ ਫਲੋਰ ਪ੍ਰੇਮ ਸਿੰਘ ਵੱਲੋਂ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਗੁਰਾਇਆਂ ਮੇਨ ਚੌਕ ਤੋਂ ਸ਼ੁਰੂ ਹੋਇਆ। ਇਹ ਫਲੈਗ ਮਾਰਚ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਮੇਨ ਚੌਕ ਵਿਖੇ ਸਮਾਪਤ ਹੋਇਆ। ਇਸ ਮੌਕੇ ਬੋਲਦਿਆਂ DSP ਫਲੋਰ ਦਵਿੰਦਰ ਅਤਰੀ ਨੇ ਕਿਹਾ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਤੇ ਪੁਲਿਸ ਵੱਲੋਂ ਇਹ ਫਲੈਗ ਮਾਰਚ ਕੀਤਾ ਗਿਆ ਹੈ ਅਤੇ ਫਲੈਗ ਮਾਰਚ ਕਰਨ ਦਾ ਮੁੱਖ ਮਕਸਦ ਇਹ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਕੋਈ ਵੀ ਸ਼ਰਾਰਤੀ ਅਨਸਰ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਨਾ ਬਣਾ ਸਕੇ ਅਤੇ ਵੋਟਰ ਬਿਨਾਂ ਕਿਸੇ ਡਰ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਕੇ ਦੇਸ਼ ਦੀ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਣ। ਉਹਨਾਂ ਅੱਗੇ ਦੱਸਿਆ ਕਿ ਇਲਾਕੇ ਦੇ ਲੋਕਾਂ ਪਾਸੋਂ ਲਾਇਸੈਂਸੀ ਅਸਲਾ ਵੀ ਜਮ੍ਹਾਂ ਕਰਵਾ ਲਿਆ ਗਿਆ ਹੈ। ਇਸ ਮੌਕੇ ਚੌਂਕੀ ਇੰਚਾਰਜ ਅਪਰਾ ਸੁਖਦੇਵ ਸਿੰਘ, ਚੌਂਕੀ ਇੰਚਾਰਜ ਲਸਾੜਾ ਪਰਮਜੀਤ ਸਿੰਘ, ਚੌਂਕੀ ਇੰਚਾਰਜ ਦਸਾਂਝ ਕਲਾ ਹਰਜੀਤ ਸਿੰਘ, ਚੌਂਕੀ ਇੰਚਾਰਜ ਧੁਲੇਤਾ ਸੁਖਵਿੰਦਰ ਪਾਲ, ਚੌਂਕੀ ਇੰਚਾਰਜ ਰੁੜਕਾ ਕਲਾ ਗੁਰਸ਼ਰਨ ਸਿੰਘ ਤੋਂ ਇਲਾਵਾ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ। ਦੇਖੋ, ਆਪਣਾ ਲੋਕ ਸਭਾ ਦੇ ਜਿਹੜੇ ਆਪਣਾ ਇਲੈਕਸ਼ਨ ਨੇੜੇ ਆ ਰਹੀ ਆ, ਕਿਉਂਕਿ ਕੋਡ ਆਫ ਕੰਡਕਟ ਲੱਗਿਆ ਹੋਇਆ, ਤੋ ਜਲੰਧਰ ਰੂਰਲ ਜ਼ਿਲ੍ਹਾ ਪੁਲਿਸ ਜਿਹੜੀ ਆ ਸਰਦਾਰ ਨਵਜੋਤ ਸਿੰਘ ਮਹਾਲ SAP ਸਾਹਿਬ ਦੀ ਹਦਾਇਤ 'ਤੇ ਜਿਹੜਾ ਇਹ ਅਸੀਂ ਅੱਜ ਸਬ ਡਿਵੀਜ਼ਨ ਫਲੋਰ ਉਹ ਅਸੀਂ ਆਪਣਾ ਜਿਹੜਾ ਫਲੈਗ ਮਾਰਚ ਕੱਢ ਰਹੇ ਹਾਂ। ਫਲੈਗ ਮਾਰਚ ਦਾ ਇਹ ਮਤਲਬ ਆ ਵੀ ਹਾਂ, ਸਾਡੇ ਕੋਲ ਸਫੀਸ਼ੈਂਟ ਫੋਰਸ ਆ ਅਤੇ ਜਿਹੜਾ ਮਾੜਾ ਬੰਦਾ ਕੋਈ ਗੈਰ ਕਾਨੂੰਨੀ ਕੰਮ ਕਰਦਾ ਉਹਨੂੰ ਕੰਨ ਹੋ ਜਾਣ, ਉਹਦਾ ਕੋਈ ਆਪਣਾ ਮਾੜਾ ਕੰਮ ਜਿਹੜਾ ਅਸੀਂ ਨਹੀਂ ਚੱਲਣ ਦੇਣਾ। ਜਿਹੜੇ ਆਮ ਲੋਕ ਨੇ, ਸ਼ਰੀਫ ਲੋਕ ਨੇ, ਉਹਨਾਂ ਵਿੱਚ ਜਿਹੜਾ ਵਿਸ਼ਵਾਸ ਬਣ ਜਾਵੇ ਵੀ ਹਾਂ ਸਾਡੇ ਪੁਲਿਸ ਸਾਡੇ ਨਾਲ ਆ ਅਤੇ ਉਹਨਾਂ ਦੀ ਸੁਰੱਖਿਆ ਹਰ ਟਾਈਮ ਅਸੀਂ ਉਹਨਾਂ ਦੇ ਨਾਲ ਕਰਨ ਨੂੰ ਤਿਆਰ ਹਾਂ, ਕਿਉਂਕਿ ਪੁਲਿਸ ਦੀ ਡਿਊਟੀ ਉਹ ਮੇਨ ਜਿਹੜੀ ਹੈ ਲੋਕਾਂ ਦੀ ਮਾਲ ਅਤੇ ਜਾਨ ਦੀ ਰਾਖੀ ਕਰਨੀ ਆ। ਤੋ ਸਾਡਾ ਮੇਨ ਇਹ ਅੱਜ ਅਸੀਂ ਤਕਰੀਬਨ ਜਿਹੜੇ 2000 ਰੁਪਏ ਸਾਡੀਆਂ SAP ਸਾਹਿਬ ਨੇ ਜਲੰਧਰ ਤੋਂ ਭੇਜੀਆਂ, ਮੇਰੇ ਨਾਲ DSP ਹਰਜਿੰਦਰ ਸਿੰਘ, SHO ਫਲੌਰ, SHO ਗਰਾਇਆ ਅਤੇ SHO ਬਿਲਗਾ, ਇਹ ਸਾਰੀ ਸਬ ਡਿਵੀਜ਼ਨ ਫੋਰਸ ਵਿਦ ਲੇਡੀ ਫੋਰਸ, ਜਿਹੜਾ ਅਸੀਂ ਤਕਰੀਬਨ 15 ਗੱਡੀਆਂ ਵਿੱਚ ਫੋਰਸ ਨੂੰ ਪਹਿਲਾਂ ਪੈਦਲ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਗੱਡੀਆਂ ਵਿੱਚ ਫਲੈਗ ਮਾਰਚ ਕਰ, ਟੋਟਲ ਸਾਰੀ ਸਬ ਡਿਵੀਜ਼ਨ ਦੇ ਵਿੱਚ ਅਸੀਂ ਫਲੈਗ ਮਾਰਚ ਕਰਾਂਗੇ। ਤਕਰੀਬਨ ਵੈਸੇ ਚਲੋ ਮੈਂ ਤੁਹਾਨੂੰ ਦੱਸਦਾ, ਜਿਹੜਾ ਤੁਹਾਡੇ ਗਰਾਇਆ ਆਪਾਂ ਇੱਥੇ ਖੜ੍ਹੇ ਹਾਂ, ਗਰਾਇਆ SHO ਨੂੰ ਇਹ ਸ਼ਾਬਾਸ਼ ਵੀ ਜਾਂਦੀ ਆ, ਕਿਉਂਕਿ ਉਹਨੇ ਤਕਰੀਬਨ 99% ਜਿਹੜਾ ਅਸਲਾ ਜਮ੍ਹਾਂ ਕਰਾ ਲਿਆ। ਜਿੱਥੇ ਸਾਡਾ ਕੁਛ ਅਸਲਾ ਪੈਂਡਿੰਗ ਪਿਆ, ਜਿੱਦਾਂ ਕੋਈ ਜੂਲਰ ਵਾਲੀ ਜੂਲਰ ਸ਼ੋਪ ਨੇ ਜਾਂ ਕੋਈ ਬੈਂਕ ਦੇ ਵਿੱਚ ਗਾਰਡ ਹੈਗੇ ਆ, ਉਹਨਾਂ ਵਿੱਚ ਕੋਲ ਰਹਿੰਦਾ ਵਾ, ਉਹ ਵੀ ਅਸੀਂ ਜਲਦੀ ਤੋਂ ਜਲਦੀ ਜਿਹੜਾ ਅਸਲਾ ਜਮ੍ਹਾਂ ਕਰਵਾ ਕੇ ਆਪਣਾ ਇਹਨੂੰ ਬੰਦ ਕਰਾਂਗੇ। ਇਹ ਕੋਈ ਸਹੀ ਨਹੀਂ ਹੈ, ਗਲਤ ਆ ਜੋ ਵੀ ਕੰਮ ਆ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਣਾ, ਅਸੀਂ ਜਿਹੜਾ ਮੰਡ ਵਿੱਚੋਂ ਤਕਰੀਬਨ 67,000 ਲੀਟਰ ਜਿਹੜੀ ਆ ਆਪਣਾ ਨਜਾਇਜ਼ ਸ਼ਰਾਬ ਉਹ ਬਰਾਮਦ ਕੀਤੀ ਆ। ਹੁਣ ਵੀ ਅਸੀਂ ਅੱਜ ਡਿਊਟੀ ਲਾਈ, ਅੱਜ ਵੀ ਮੇਰੇ ਖਿਆਲ ਤੁਹਾਨੂੰ ਹੁਣੇ ਮੈਨੂੰ ਇਨਫੋਰਮੇਸ਼ਨ ਮਿਲੀ ਆ ਵੀ ਲਸਾੜਾ ਚੌਂਕੀ ਇੰਚਾਰਜ ਨੇ ਜਿਹੜਾ ਉਹ ਪੇਟੀਆਂ ਕੋਲ ਲਈ ਜਾਂਦਾ ਸੀ, ਉੱਥੇ ਪਰਚਾ ਦਰਜ ਕਰ ਰਿਹਾ। ਇਸ ਕਰਕੇ ਕੋਈ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ, ਜਿਹੜਾ ਵੀ ਕੋਈ ਕਿਸਮ ਦਾ ਬੰਦਾ ਵਾ, ਕੋਈ ਗਲਤ ਕੰਮ ਕਰਦਾ, ਉਹਨਾਂ ਅਸੀਂ ਬੁੱਕ ਕਰਾਂਗੇ।